ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਕੋਰੋਨਾ ਵਾਇਰਸ ਨਾਲ ਲੈ ਕੇ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਇਹ तमाम ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਗਰਾਉਂਡ ਜ਼ੀਰੋ ਤੇ ਕੀ ਐਸ ਵੇਲੇ ਹਾਲਾਤ ਨੇ ਉੱਥੋਂ ਦੇ ਲੋਕਾਂ ਦੇ ਨਾਲ ਰਾਬਤਾ ਕਰਕੇ ਤੁਹਾਨੂੰ ਹਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਘਰਾਂ ਦੇ ਵਿੱਚ ਬੈਠੇ ਹੋਏ ਤੁਹਾਨੂੰ तमाम ਜਾਣਕਾਰੀ ਮਿਲੇ ਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਨੇ ਤੇ ਉਹਨਾਂ ਤੋਂ ਤੁਸੀਂ ਸੁਚੇਤ ਰਹੋ ਤੇ ਇਸੇ ਕੋਸ਼ਿਸ਼ ਦੇ ਤਹਿਤ ਅਸੀਂ ਵਕ ਵਕ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਵਸੇ ਹੋਏ ਨੇ ਉਹਨਾਂ ਦੇ ਨਾਲ ਰਾਬਤਾ ਕਰਕੇ ਉੱਥੋਂ ਦੇ ਗਰਾਉਂਡ ਜ਼ੀਰੋ ਤੇ ਕੀ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਇਸ ਵੇਲੇ ਅਮਰੀਕਾ ਦੀ ਅਸੀਂ ਗੱਲ ਕਰੀਏ ਤਾਂ ਬੜੇ ਨਾਜ਼ੁਕ ਹਾਲਾਤ ਜਿਹੜੇ ਨੇ ਅਮਰੀਕਾ ਦੀ ਧਰਤੀ ਤੇ ਬਣੇ ਹੋਏ ਨੇ ਕਿਉਂਕਿ ਜੇ 30 ਲੱਖ ਤੋਂ ਵੱਧ 31 ਲੱਖ ਤੋਂ ਵੱਧ ਲੋਕ ਪੂਰੀ ਦੁਨੀਆ ਦੇ ਵਿੱਚ ਪ੍ਰਭਾਵਿਤ ਨੇ ਤਾਂ ਉਸ ਤੋਂ ਵੱਡਾ ਹਿੱਸਾ 10 ਲੱਖ ਤੋਂ ਵੱਧ ਦਾ ਹਿੱਸਾ ਜਿਹੜਾ ਹੈ ਉਹ ਅਮਰੀਕ ਮੌਤਾਂ ਦੀ ਦਰ ਵੀ ਜਿਹੜੀ ਲਗਾਤਾਰ ਵਾਧੀ ਜਾ ਰਹੀ ਹੈ ਤੇ ਕਰੀਬ 60 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਇਸ ਵੇਲੇ ਤਾਂ ਇਸ ਕਰਕੇ ਕਾਫੀ ਚਿੰਤਾ ਦਾ ਮਾਹੌਲ ਜਿਹੜਾ ਉੱਥੇ ਅਮਰੀਕਾ ਦੀ ਧਰਤੀ ਦੇ ਬਣਿਆ ਹੋਇਆ ਸਾਡੇ ਨਾਲ ਅਮਰੀਕਾ ਤੋਂ ਕੈਲੀਫੋਰਨੀਆ ਦੇ ਰਿਵਰਸਾਈਡ ਤੋਂ ਅਨਰਿੰਦਰ ਸਿੰਘ ਜੀ ਜੁੜੇ ਨੇ ਗੱਲਬਾਤ ਕਰਕੇ ਉਹਨਾਂ ਤੋਂ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਨੇ ਨਰਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਭਾਈ ਜੀ ਹਰਦੀਪ ਸਿੰਘ ਜੀ ਥੈਂਕ ਯੂ ਤੁਹਾਡਾ ਆਪ ਜੀ ਦਾ ਚੈਨਲ ਦਾ ਤੁਹਾਨੂੰ ਆਜੇ ਜੀ ਅ ਨਿਰੰਦਰ ਜੀ ਜੇ ਅਸੀਂ ਗੱਲ ਕਰੀਏ ਇਸ ਵੇਲੇ ਗਰਾਉਂਡ ਜ਼ੀਰੋ ਤੇ ਹਾਲਾਤ ਕੀ ਨੇ ਅਮਰੀਕਾ ਦੀ ਧਰਤੀ ਤੇ ਕਿਉਂਕਿ ਬਹੁਤ ਸਾਰੀਆਂ ਖਬਰਾਂ ਆਲੇ ਦੁਆਲੇ ਫੈਲ ਰਹੀਆਂ ਨੇ ਤੇ ਜਿਹੜੇ ਅੰਕੜੇ ਲਗਾਤਾਰ ਸਾਹਮਣੇ ਆ ਰਹੇ ਨੇ ਕਾਫੀ ਚਿੰਤਾਜਨਕ ਨੇ ਤੇ ਗਰਾਉਂਡ ਜ਼ੀਰੋ ਤੇ ਕੀ ਹਾਲਾਤ ਨੇ ਇਸ ਵੇਲੇ ਹਾਲਾਤ ਕਾਫੀ ਮਾੜੇ ਆ ਜੀ ਭਾਜੀ ਕਿਉਂਕਿ ਇਹ ਲੋਕ ਤੇ ਇੰਨਾ ਯੂਜ਼ਡ ਹੀ ਨਹੀਂ ਸੀਗੇ ਇੰਨਾ ਟਾਈਮ ਘਰ ਦੇ ਅੰਦਰ ਰਹਿਣਾ ਕਦੇ ਵੀ ਇਹਨਾਂ ਨੇ ਫੂਡ ਫੂਡ ਵੀ ਇਹਨਾਂ ਦੇ ਜੀ ਇਹਨਾਂ ਨੇ ਕਮਾ ਲਿਆ ਤੇ ਖਾ ਲਿਆ ਉਹਤੇ ਡਿਪੈਂਡ ਸੀਗੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋਏ ਨਨ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਹਰ ਚੀਜ਼ ਚ ਇਹਨਾਂ ਜੇ ਇਹਨਾਂ ਨੇ ਬਾਹਰ ਨੂੰ ਮੁੜ ਫੇਰਨ ਦਾ ਵੀ ਕਿਤੇ ਕੋਈ ਇਹਨਾਂ ਦੀ ਹੈ ਨਹੀਂ ਆ ਜੀ ਬੱਚਿਆਂ ਲਈ ਸਕੂਲ ਕਲੋਜ਼ ਆ ਟੋਟਲੀ ਸਕੂਲ ਟੋਟਲੀ ਬੰਦ ਆ ਜੀ ਘਰੇ ਆਨਲਾਈਨ ਹੋਮਵਰਕ ਦਿੱਤਾ ਜਾ ਰਿਹਾ ਜੀ ਪਰ ਇਹ ਲੋਕ ਕਿਉਂਕਿ ਅਮਰੀਕਾ ਵੀ ਇਹਨਾਂ ਚੀਜ਼ਾਂ ਦੀ ਪ੍ਰਪੇਅਰ ਨਹੀਂ ਸੀਗਾ ਕੋਈ ਵੀ ਜੇ ਇਹ ਆਫਤ ਦੇ ਆਉਣ ਦੇ ਕਿਸੇ ਨੂੰ ਵੀ ਕੋਈ ਇਹਨਾਂ ਪਤਾ ਨਹੀਂ ਸੀਗਾ ਵੀ ਇੰਨੇ ਵੱਡੇ ਲੈਵਲ ਤੇ ਇਹਨਾਂ ਵਾਜੂਗਾ ਜੀ ਹੁਣ ਦੇ ਫਲਾਤ ਆਪ ਜੀ ਨੂੰ ਪਤਾ ਹੀ ਹੈ ਜਿਵੇਂ ਜੀ 33 ਲੱਖ ਆਲਮੋਸਟ ਹਾਂ ਜੀ ਹੋ ਚੁੱਕਾ ਜੀ ਜੀ ਬਿਲਕੁਲ ਜੇ ਅਸੀਂ ਗੱਲ ਕਰੀ ਤਾਂ 10 ਲੱਖ ਤੋਂ ਵੱਧ ਅਮਰੀਕਾ ਦੇ ਵਿੱਚ ਮੌਤਾਂ ਹੋ ਚੁੱਕੀ ਸੱਚ ਗਿਣਤੀ ਜਿਹੜੀ ਆ ਵਧ ਗਈ ਹੈ ਤੇ ਕਰੀਬ 60 ਹਜ਼ਾਰ ਦੇ ਨਜ਼ਦੀਕ ਜਿਹੜਾ ਆਂਕੜਾ ਮੌਤਾਂ ਦਾ ਹੋ ਚੁੱਕਾ ਤੇ ਜੇ ਅਸੀਂ ਗੱਲ ਕਰੀਏ ਪੰਜਾਬੀ ਭਾਈਚਾਰੇ ਦੀ ਰਿਕਵਰੀ ਵੀ 42238 ਬੰਦਿਆਂ ਦੀ ਰਿਕਵਰੀ ਹੋਈ ਹੈ ਜੀ ਹਾਂ ਜੀ 1 ਲੱਖ 42 ਹਜ਼ਾਰ ਤੋਂ ਵੱਧ ਰਿਕਵਰ ਹੋਏ ਨੇ ਲੋਕ ਰੀਟ ਵੀ ਕਾਫੀ ਹੱਦ ਤੱਕ ਹੁਣ ਥੋੜਾ ਜਿਹਾ ਵਧਿਆ ਜੀ ਰਿਕਵਰੀ ਦਾ ਵੀ ਤੇ ਜੇ ਅਸੀਂ ਗੱਲ ਕਰੀਏ ਪੰਜਾਬੀ ਭਾਈਚਾਰਾ ਵੀ ਵੱਡੇ ਪੱਧਰ ਤੇ ਅਮਰੀਕਾ ਦੀ ਧਰਤੀ ਤੇ ਰਹਿੰਦਾ ਤੇ ਉਹਨਾਂ ਦੇ ਕਿਹੋ ਜਿਹੇ ਹਾਲਾਤ ਨੇ ਇਸ ਵੇਲੇ ਉਹਨਾਂ ਦੇ ਭਾਈ ਆਪਣੇ ਪੰਜਾਬੀ ਕਮਿਊਨਿਟੀ ਸਾਰੀ ਟਰਕਿੰਗ ਤੇ ਮੋਸਟਲੀ ਟਰਕਿੰਗ ਤੇ ਦੇ ਸਟੋਰਾਂ ਤੇ ਡਿਪੈਂਡ ਆ ਜੀ ਹਾਂਜੀ ਜਿਹੜੇ ਟਰਕਿੰਗ ਵਾਲੇ ਉਹਨਾਂ ਨੂੰ ਕਾਫੀ ਦਿੱਕਤ ਆਈ ਹੈ ਟਰਕਿੰਗ ਦੇ ਤੁਹਾਨੂੰ ਜੀ ਆਲਮੋਸਟ 70% ਡਾਊਨ ਚਲ ਗਿਆ ਜੀ 70% ਚੱਲ ਰਿਹਾ ਜੇ ਆਹੋੜੇ ਓਕੇ ਹਾਂਜੀ ਹਾਂਜੀ ਤੇ ਸਟੋਰਾਂ ਦੇ ਸਟੋਰਾਂ ਦੇ ਸਟੋਰਾਂ ਨੂੰ ਤਾਂ ਵੈਸੇ ਹੀ ਬੰਦ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਸ਼ਾਇਦ ਹੈਲੋ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਕਿ ਸਟੋਰਾਂ ਨੂੰ ਤਾਂ ਵੈਸੇ ਹੀ ਬੰਦ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਤੇ ਟਰੱਕਿੰਗ ਵੀ ਪ੍ਰਭਾਵਿਤ ਹੈ ਇਸ ਇਸ ਲਈ ਆਪਾਂ ਮੰਨ ਸਕਦੇ ਹਾਂ ਕਿ ਟਰੱਕਿੰਗ ਤੇ ਸਟੋਰਾਂ ਦੇ ਕਰਕੇ ਪੰਜਾਬੀ ਭਾਈਚਾਰੇ ਤੇ ਕਾਫੀ ਇਸ ਵੇਲੇ ਆਰਥਿਕ ਪੱਖੋਂ ਕਾਫੀ ਵੱਡੀ ਸੰਕਟ ਦੀ ਘੜੀ ਆਏ ਇਹ ਸਟੋਰਾਂ ਚ ਜੀ ਜਿਹੜੇ ਗਰੋਸਰੀ ਸਟੋਰ ਆ ਉਹ ਓਪਨ ਰੱਖੇ ਜਗੇ ਜਿਹੜੇ ਫਾਸਟ ਫੂਡ ਦੇ ਸਟੋਰ ਜੇ ਉਹਨਾਂ ਨੂੰ ਸਾਰਿਆਂ ਨੂੰ ਮੋਸਟਰੀ ਹਾਂਜੀ ਉਹਨਾਂ ਨੂੰ ਬੰਦ ਕੀਤਾ ਗਿਆ ਜੀ ਜੀ ਤੇ ਜੇ ਅਸੀਂ ਗੱਲ ਕਰੀਏ ਜਿੱਦਾਂ ਬੀਤੇ ਦਿਨੀ ਬਹੁਤ ਸਾਰੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਖਾਸ ਕਰਕੇ ਕੈਲੀਫੋਰਨੀਆ ਰਿਵਰਸਾਈਡ ਗੁਰਦੁਆਰੇ ਸਾਹਿਬ ਤੋਂ ਵੀ ਕੁਝ ਵੀਡੀਓ ਵਾਇਰਲ ਹੋਈਆਂ ਸੀਗੀਆਂ ਕਿ ਉੱਥੇ ਪੁਲਿਸ ਵਾਲੇ ਆਣ ਕੇ ਵੀ ਧੰਨਵਾਦ ਕਰਕੇ ਗਏ ਆਪਣੀਆਂ ਗੱਡੀਆਂ ਦੇ ਵਿੱਚ ਆਏ ਸਨ ਤਾਂ ਉਹ ਕੀ ਉੱਥੇ ਕੀ ਉਹ ਕਰਕੇ ਗਏ ਸੀ ਕੀ ਧੰਨਵਾਦ ਕਰਕੇ ਗਏ ਸੀ ਕਿ ਕਿਵੇਂ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਇਸ ਤੇ ਲਈ ਉਥੇ ਜੀ ਲਾਸਟ 6 ਵੀਕ ਤੋਂ ਗੁਰਦਾਰ ਸਾਹਿਬ ਰਿਵਰ ਸਾਈਡ ਸਾਰੀ ਰਿਵਰ ਸਾਈਡ ਦੀ ਸਿੱਖ ਸੰਗਤ ਵੱਲੋਂ ਹੋਰ ਵੀ ਪੰਜਾਬੀ ਭਾਈਚਾਰਾ ਇਕੱਠਾ ਹੋ ਕੇ ਉੱਥੇ ਜਿਨ੍ਹਾਂ ਨੇ ਆਪਣੀ ਕਿਰਤ ਕਮਾਈਆਂ ਚੋਂ ਇਹ ਕੱਢ ਕੇ ਹਾਂਜੀ ਗੁਰੂ ਸਾਹਿਬ ਨੂੰ ਗੁਰਦਾਰਾ ਸਾਹਿਬ ਰਸਤ ਪਚਾਈ ਆਪਣੇ ਪਹਿਲੇ ਨੇ ਦਸਵੰਦ ਕੱਢਿਆ ਹਾਂਜੀ ਸੇਵਾ ਸਾਰੇ ਤਰ੍ਹਾਂ ਹੀ ਸੇਵਾ ਕਰ ਰਹੇ ਜੀ ਕੋਈ ਆਪਣੀ ਫਿਜ਼ੀਕਲੀ ਸੇਵਾ ਕਰ ਰਿਹਾ ਜੀ ਇਸ ਤਰ੍ਹਾਂ 6 ਵੀਕ ਤੋਂ ਜੀ ਇਹ ਫੂਡ ਦੇ ਦਿੱਤਾ ਜਾ ਰਿਹਾ ਜੀ ਇਹ ਸਾਰਿਆਂ ਨੂੰ ਜੀ ਜਿਹੜੇ ਵੀ ਹੋਮਲੈਸ ਹੋ ਗਏ ਆ ਜਿਹਨਾਂ ਜਿਹਨਾਂ ਨੂੰ ਹਾਂਜੀ ਕੋਈ ਵੀ ਵੈਲਕਮ ਆ ਜੀ ਸਾਰੇ ਅਸਟਾ ਦਿੱਤਾ ਜਾ ਰਿਹਾ ਕੱਲਾ ਕੱਲਾ ਫੂਡ ਦਿੱਤਾ ਜਾ ਰਿਹਾ ਕੱਲਾ ਮੀਲ ਦਿੱਤਾ ਜਾ ਰਿਹਾ ਹੋਰ ਵੀ ਦਿੱਤਾ ਜਾ ਰਿਹਾ ਹੋਰ ਵੀ ਹਾਂਜੀ ਕੱਲਾ ਮੀਲ ਦਿੱਤਾ ਜਾ ਰਿਹਾ ਜਾਂ ਹੋਰ ਵੀ ਸਮਾਨ ਉਹਨਾਂ ਨੂੰ ਪ੍ਰੋਵਾਈਡ ਭੋਜਨ ਤੋਂ ਇਲਾਵਾ ਵੀ ਹੋਰ ਸਮਾਨ ਦਿੱਤਾ ਜਾ ਰਿਹਾ ਇੱਕ ਤੇ ਡੇ ਦਾ ਮੀਲ ਦਿੱਤਾ ਜਾਂਦਾ ਜੀ ਨਾਲ ਗਰੋਸਰੀ ਵੀ ਦਿੱਤੀ ਜਾਂਦੀ ਹੈ ਹੋਰ ਜਿੱਦਾਂ ਦੀ ਵੀ ਕੋਈ ਰਿਕੁਆਇਰ ਕੋਈ ਵੀ ਚੀਜ਼ ਮੰਗਦਾ ਜੀ ਉਹਨੂੰ ਦਿੱਤੀ ਜਾਂਦੀ ਹੈ ਜੀ ਤੇ ਦੂਜਾ ਪੁਲਿਸ ਦਾ ਆਉਣਾ ਸੀਗਾ ਉਹ ਧੰਵਾਦ ਕਰਨ ਆਏ ਸੀਗੇ ਉਹਨਾਂ ਨੇ ਤਾਂ ਸਾਈਨ ਅਰਾਊਂਡ ਉਮਾਰਿਆ ਸੀਗਾ ਤੇ ਉਹ ਇਹ ਚੀਜ਼ ਨੂੰ ਐਪਰੀਸ਼ੀਏਟ ਕਰਕੇ ਗਏ ਜੀ ਵੀ ਆਪ ਜੀ ਗੁੱਡ ਜੌਬ ਕਰ ਰਹੇ ਜੀ ਜੀ ਤੇ ਅਸੀਂ ਜੀ ਗੱਲ ਕਰੀਏ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਗੋਰੇ ਕਮਿਊਨਿਟੀ ਜਿਹੜੀ ਹੈਗੀ ਗੋਰਿਆਂ ਦੀ ਜਿਹੜੀ ਵਾਈਟ ਪੀਪਲ ਹੈਗੇ ਨੇ ਉਹਨਾਂ ਨੇ ਕਦੀ ਸਮਾਨ ਜੋੜ ਕੇ ਨਹੀਂ ਰੱਖਿਆ ਜਾਂ ਉਹ ਡੇਲੀ ਡੇ ਦੇ ਹਿਸਾਬ ਦੇ ਨਾਲ ਕੰਮ ਕਰਦੇ ਨੇ ਜਾਨੀ ਕਿ ਜਿੰਨਾ ਖਾ ਲਿਆ ਜਿੰਨਾ ਕਮਾ ਲਿਆ ਖਾ ਲਿਆ ਤੇ ਉਸ ਤੋਂ ਬਾਅਦ ਉਹੀ ਉਹਨਾਂ ਦੀ ਰੂਟੀਨ ਹੁੰਦੀ ਹੈ ਜੋੜ ਕੇ ਰੱਖਦੇ ਨਹੀਂ ਬਹੁਤ ਘੱਟ ਲੋਕ ਨੇ ਜਿਹੇ ਹੋਣਗੇ ਜਿਹੜੇ ਜੋੜ ਕੇ ਰੱਖਦੇ ਹੋਣਗੇ ਖਾਸ ਕਰਕੇ ਵਾਈਟ ਪੀਪਲ ਦੇ ਵਿੱਚ ਤਾਂ ਉਹਨਾਂ ਦੀ ਜਦੋਂ ਤੁਸੀਂ ਮਦਦ ਕਰ ਰਹੇ ਹੋ ਉਹਨਾਂ ਨੂੰ ਉਹਨਾਂ ਦੇ ਪਸੰਦ ਦਾ ਮੀਲ ਦੇ ਰਹੇ ਹੋ ਉਹਨਾਂ ਦੇ ਪਸੰਦੇ ਸਹੂਲਤਾਂ ਦੇ ਰਹੇ ਹੋ ਤਾਂ ਉਹਨਾਂ ਦਾ ਕਿਉਂ ਰਿਐਕਸ਼ਨ ਕਿਹੋ ਜਿਹਾ ਹੁੰਦਾ ਉਹਨਾਂ ਨੇ ਜੀ ਆਪਾਂ 2 ਹਫ਼ਤੇ ਬਾਅਦ ਹੀ ਸਾਡੇ ਗੁਰੂ ਘਰ ਦੇ ਬਾਹਰ ਬਹੁਤ ਵੱਡੇ ਵੱਡੇ ਪੋਸਟਰ ਘਰੋਂ ਬਣਾ ਕੇ ਲਿਆ ਕੇ ਲਾ ਕੇ ਗਏ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਥੈਂਕ ਯੂ ਕਰਕੇ ਆਏ ਕਿਸ ਨੇ ਹੱਗ ਲਗਿਆ ਸੀਗਾ ਵੀ ਆਪ ਜੀ ਨੂੰ ਮੈਂ ਜਫੀ ਪਾਉਣਾ ਚਾਹੁੰਨਾ ਕਿਸੇ ਨੇ ਧੰਨਵਾਦ थैंक यू ਅਪਰੀਸ਼ੀਏਟ ਫੋਰ ਸੇਫ ਪੀਪਲ ਇਦਾਂ ਹੀ ਬਹੁਤ ਧੰਨਵਾਦ ਕਰਕੇ ਗਏ ਉਹਨਾਂ ਨੇ ਜੀ ਅਜੇ ਵੀ ਪੋਸਟਰਾਂ ਦੀਆਂ ਪਿਕਚਰਾਂ ਹੈਗੀਆਂ ਗੁਰਦੁਆਰੇ ਦੇ ਸਾਹ ਬਾਹਰ ਲੱਗੀਆਂ ਉਦਾਂ ਹੀ ਜੀ ਜੀ ਤੇ ਜੇ ਅਸੀਂ ਗੱਲ ਕਰੀਏ ਜਿੱਦਾਂ ਹੁਣ ਇਸ ਵੇਲੇ ਅਮਰੀਕਾ ਸਭ ਤੋਂ ਵੱਡੇ ਮਾਰ ਹੀਟ ਹੈ ਇਸ ਬਿਮਾਰੀ ਦੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਾਰਨ ਕੀ ਰਹੇ ਨੇ ਕੀ ਕਾਰਨ ਰਹੇ ਨੇ ਕਿ ਅਮਰੀਕਾ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਇਹ ਇਹ ਬਿਮਾਰੀ ਫੈਲੀ ਹੈ ਕਿਉਂਕਿ ਇੱਥੇ ਜੀ ਟਰੈਵਲਿੰਗ ਵੀ ਬਹੁਤ ਜ਼ਿਆਦਾ ਹੈ ਜਦੋਂ ਟਰੈਵਲ 430000 ਬੰਦਾ ਉਸ ਟਾਈਮ ਤੇ ਟਰੈਵਲ ਹੋਇਆ ਜਿਹੜਾ ਤੋਂ ਟਰੈਵਲ ਹੋਇਆ ਇੱਥੇ ਤੇ ਕਿਸੇ ਨੇ ਵੀ ਕੋਈ ਵੀ ਉਦੋਂ ਇਹ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਕਿੰਨੂੰ ਹੋਊਗਾ ਇਹ ਨਾਮੁਰਾਦ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਜਿਵੇਂ ਆਪ ਜੀ ਸਾਰੇ ਜਾਣਦੇ ਹੋ ਵੀ ਕਿੰਨੂੰ ਹੋਊਗਾ ਜੀ ਦੂਸਰਾ ਇਹ ਲੋਕ ਵੀ ਜ਼ਿਆਦਾ ਸੋਸ਼ਲ ਦੇ ਵਿੱਚ ਕਾਫੀ ਬਿਜ਼ੀ ਰਹਿੰਦੇ ਆ ਜਿੱਦਾਂ ਹਾਂ ਜੀ ਗੈਦਰਿੰਗ ਜ਼ਿਆਦਾ ਪਾਰਟੀਆਂ ਉਸ ਉਸੇ ਹਾਲਾਤਾਂ ਨੂੰ ਵੇਖਦੇ ਆ ਜੀ ਉਹਨਾਂ ਦੇ ਕਰਕੇ ਹੀ ਜ਼ਿਆਦਾ ਵਧ ਗਿਆ ਇਹ ਸਾਰਾ ਇਹ ਸੋਸ਼ਲ ਜਾਨਕੀ ਜਿਆਦਾ ਨੈਟਵਰਕਿੰਗ ਰਹਿੰਦੀ ਇਹਨਾਂ ਦੀ ਲੋਕਾਂ ਦੇ ਵਿੱਚ ਜਿਆਦਾ ਵਿਚਰਦੇ ਨੇ ਸਮਾਜ ਦੇ ਵਿੱਚ ਜਿਆਦਾ ਵਿਚਰਦੇ ਨੇ ਉਸ ਕਰਕੇ ਕਿਤੇ ਨਾ ਕਿਤੇ ਅਨਗੈਰਹੀ ਵੀ ਵਰਤੀ ਲੋਕਾਂ ਨੇ ਇਸ ਬਿਮਾਰੀ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਤੇ ਤਾਂ ਵੀ ਇੱਕ ਕਾਰਨ ਰਿਹਾ ਕਿ ਜਿਆਦਾ ਵੱਡੇ ਪੱਧਰ ਤੇ ਅਮਰੀਕਾ ਦੀ ਧਰਤੀ ਤੇ ਇਸ ਬਿਮਾਰੀ ਨੇ ਮਾਰ ਕੀਤੀ ਹੈ ਬਿਲਕੁਲ ਜੀ ਹੋ ਸਕਦਾ ਵੀ ਜੇ ਕਰਫੂ ਲਾ ਦਿੰਦੇ ਕਰਫੂ ਲਾਕਡਾਊਨ ਕੀਤਾ ਗਿਆ ਲਾਕਡਾਊਨ ਚ ਫਿਰ ਵੀ ਕੋਈ ਜਾ ਸਕਦੇ ਆ ਆਪਾਂ ਕਿਤੇ ਵੀ ਘੁੰਮ ਫਿਰ ਸਕਦੇ ਆ ਇਹਦੇ ਕਰਕੇ ਵੀ ਥੋੜਾ ਜਿਹਾ ਅੰਗਿਲੀ ਹੋ ਗਈ ਆ ਮੇਰੇ ਹਿਸਾਬ ਨਾਲ ਪਰ ਇਹ ਜੇ ਟੋਟਲੀ ਲਾਕਡਾਊਨ ਕਰ ਦਿੰਦੇ ਤੇ ਜਿਵੇਂ ਮੈਂ ਪਹਿਲਾਂ ਹੀ ਆਖਿਆ ਵੀ ਇਹ ਲੋਕ ਡਿਪੈਂਡ ਕਰਦੇ ਆ ਬਾਹਰ ਹੀ ਖਾਣਾ ਇਹਨਾਂ ਨੇ ਵਿਚਾਰਿਆਂ ਨੇ ਇਹਨਾਂ ਕਿੱਥੋਂ ਬਣਾਉਣਾ ਘਰ ਨਰਿੰਦਰ ਜੀ ਜੇ ਅਸੀਂ ਗੱਲ ਕਰੀਏ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਧੰਨਵਾਦ ਕੀਤਾ ਅਕੇ ਸਿੱਖ ਪੀਪਲ ਜਿਹੜੇ ਨੇ ਲੋਕ ਨੇ ਜਿਹੜੇ ਸਾਡੀ ਖਾਸ ਕਰਕੇ ਪੰਜਾਬੀ ਕਨਵਰਟ ਹੀ ਹੈ ਵੱਡੇ ਪੱਦਰ ਤੇ ਸੇਵਾ ਦਾ ਕੰਮ ਕਰੀ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫਲਸਫਾ ਇਹ ਹੀ ਹੈ ਕਿ ਮਾਨਵਤਾ ਦੀ ਸੇਵਾ ਕਰਨੀ ਸਭ ਤੋਂ ਵੱਡੀ ਸਭ ਤੋਂ ਵੱਡਾ ਧਰਮ ਇਹ ਹੀ ਕਿਹਾ ਜਾਂਦਾ ਸਾਡੀ ਸਿੱਖੀ ਧਰਮ ਦੇ ਵਿੱਚ ਤੇ ਜੇ ਅਸੀਂ ਗੱਲ ਕਰੀਏ ਜਿੱਦਾਂ ਪਹਿਲਾਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਤੇ ਨਸਲੀ ਟਿੱਪਣੀਆਂ ਕਰਦੇ ਰਹੇ ਇਹਨੇ ਲੋਕ ਲੋਕ ਇਹਨਾਂ ਨੂੰ ਮੁਸਲਮਾਨ ਕਮਿਊਨਿਟੀ ਸਮਝ ਕੇ ਜਾਂ ਇੱਕ ਅਜਿਹੇ ਲੋਕ ਸਮਝ ਕੇ ਅਤਵਾਦੀ ਸਮਝ ਕੇ ਅਕਸਰ ਨਸਲੀ ਟਿੱਪਣੀਆਂ ਕਰਦੇ ਰਹਿੰਦੇ ਸੀਗੇ ਤਾਂ ਤਾਂ ਲੱਗਦਾ ਕਿ ਹੁਣ ਉਹ ਵਾਲੀ ਜਿਹੜੀ ਤਸਵੀਰ ਇੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਸਾਫ਼ ਨਹੀਂ ਹੋ ਰਹੀ ਸੀ ਆਇਡੈਂਟੀਟੀ ਨੂੰ ਲੈ ਕੇ ਤਾਂ ਉਹ ਹੁਣ ਸਾਫ਼ ਹੋ ਜਾਵੇਗੀ ਇਸ ਹਿਸਾਬ ਦੇ ਨਾਲ ਬਿਲਕੁਲ ਜੀ ਉਹਦਾ ਬਹੁਤ ਫਰਕ ਪਊਗਾ ਕਿਉਂਕਿ ਹੁਣ ਸਾਰੇ ਮੋਸਤੀ ਸਾਰੇ ਗੁਰੂਗ੍ਰਾਂ ਚੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਤੇ ਇਥੋਂ ਦੇ ਲੋਕਲ ਚੈਨਲ ਜਿਹੜੇ ਆਪਾਂ ਨੂੰ 1-2 ਵਰਾਂ ਵੀਕ ਚ ਕਵਰ ਕਰਦੇ ਆ ਜਦੋਂ ਉਹ ਸਾਨੂੰ ਕਵਰ ਕਰਦੇ ਆ ਤੇ ਇਹ ਲੋਕ ਘਰਾਂ ਚਾਨੂੰ ਦੇਖਦੇ ਆ ਜੀ ਉਹਨਾਂ ਚੀਚਾਂ ਨੂੰ ਤੇ ਥੋੜਾ ਫਰਕ ਤੇ ਬਹੁਤ ਪਾਊਗਾ ਜੀ ਇਹ ਚੀਜ਼ ਦਾ ਪਤਾ ਲੱਗੂਗਾ ਇਹਨਾਂ ਨੂੰ ਵੀ ਇਹ ਟਰਬਨ ਵਾਲੇ ਕੌਣ ਆ ਜੀ ਪੱਕੀ ਆਪਾਂ ਦੇ ਨਾਲ ਇੱਥੇ ਹੋਰ ਆਪਣੀ ਹਿੰਦੂ ਭਾਈਚਾਰਾ ਗੁਜਰਾਤੀ ਕਮਿਊਨਿਟੀ ਸਾਰਿਆਂ ਨੇ ਜੀ ਹਿੱਸਾ ਪਾਇਆ ਜੀ ਆਪਣੇ ਉਮਾਈ ਦੇ ਵਿੱਚੋਂ ਜੀ ਤੇ ਉਮੀਦ ਕਰਦੇ ਹਾਂ ਨਰਿੰਦਰ ਜੀ ਤੁਸੀਂ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਰਹੇ ਹੋਵੋਗੇ ਕਿਉਂਕਿ ਸਰਕਾਰੀ ਹਦਾਇਤਾਂ ਤਾਂ ਇਹ ਹੀ ਨੇ ਵੀ ਘਰਾਂ ਦੇ ਵਿੱਚ ਰੋਸਟੇ ਹੋਮਸਟੇ ਸੇਫ ਤੇ ਲੋਕ ਵੀ ਇਹ ਹੀ ਹਦਾਇਤਾਂ ਦਾ ਪਾਲਣ ਕਰ ਰਹੇ ਹੋਵੋਗੇ ਉਮੀਦ ਕਰਦੇ ਕਿ ਤੁਸੀਂ ਜਿਹੜੀ ਸੇਵਾ ਦਾ ਕੰਮ ਕਰ ਰਹੇ ਹੋ ਜਾਂ ਤੁਹਾਡੇ ਸਾਥੀ ਜਿਹੜੇ ਇਸ ਵੇਲੇ ਜਾਂ ਬਹੁਤ ਸਾਰੇ ਲੋਕ ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਸੇਵਾ ਦਾ ਕੰਮ ਕਰ ਰਹੀਆਂ ਨੇ ਅਸੀਂ ਉਹਨਾਂ ਦੀ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕਿਉਂਕਿ ਬਹੁਤ ਵਧੀਆ ਇਸ ਵੇਲੇ ਤੁਸੀਂ ਸਾਰੇ ਕੰਮ ਕਰ ਰਹੇ ਹੋ ਉਮੀਦ ਕਰਦੇ ਹਾਂ ਕਿ ਸਾਰੇ ਸਿਹਤਯਾਬ ਰਹੋਗੇ ਤੇ ਆਪਣਾ ਵੀ ਖਿਆਲ ਰੱਖੋਗੇ ਥੈਂਕ ਯੂ ਥੈਂਕ ਯੂ ਬਾਕਸ ਮੈਂ ਸੋਇਸਨ ਨਰਿੰਦਰ ਸਿੰਘ ਜੀ ਜਿਹੜੇ ਕੈਲੀਫੋਰਨੀਆ ਰਿਵਰਸਾਈਡ ਤੋਂ ਸਾਡੇ ਨਾਲ ਜੁੜੇ ਸੀਗੇ ਤਮਾਮ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਕਿਹੋ ਜਿھے ਉੱਥੇ ਹਾਲਾਤ ਨੇ ਕਿਵੇਂ ਇਸ ਕਮਿਊਨਿਟੀ ਕੰਮ ਕਰ ਰਹੀ ਹੈ ਕਿਵੇਂ ਪੁਲਿਸ ਦੀਆਂ ਗੱਡੀਆਂ ਆਣ ਕੇ ਸਾਇਰਨ ਬਜਾ ਕੇ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਕੇ ਜਾ ਰਹੀਆਂ ਨੇ ਤੇ ਉਸ ਤੋਂ ਇਲਾਵਾ ਲੋਕ ਜਿਹੜੇ ਨੇ ਉੱਥੇ ਉਹ ਕਿਸ ਤਰੀਕੇ ਦੇ ਨਾਲ ਸ਼ੁਕਰਗੁਜ਼ਾਰ ਨੇ ਖਾਸ ਕਰਕੇ ਗੁਰੂ ਘਰਾਂ ਦੇ ਤੇ ਉਹਨਾਂ ਦੇ ਬਾਹਰ ਜਾ ਕੇ ਪੋਸਟਰ ਲਗਾਉਂਦੇ ਨੇ ਆਪਣੇ ਭਾਸ਼ਾ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਕਿ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੇ ਲਈ ਇੰਨਾ ਵਧੀਆ ਪ੍ਰੋਗਰਾਮ ਇੰਨਾ ਵਧੀਆ ਮੀਲ ਤਿਆਰ ਕਰਕੇ ਜਾਂ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਸਾਨੂੰ ਮੁਹੱਈਆ ਕਰਵਾ ਰਹੇ ਹੋ ਸੋ ਨਾਲ ਦੇ ਨਾਲ ਇੱਕ ਵੱਡੀ ਚੀਜ਼ ਇਹ ਵੀ ਹੈ ਕਿ ਕਮਿਊਨਿਟੀ ਕ੍ਰਾਈਸਿਸ ਜਿਹੜਾ ਇੱਕ ਆਇਡੈਂਟੀਟੀ ਕ੍ਰਾਈਸਿਸ ਸਿਗਾ ਲੋਕਾਂ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਹੁਣ ਦੂਰ ਹੁੰਦਾ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਨੂੰ ਜਦੋਂ ਲੋਕਲ ਚੈਨਲ ਜਿਵੇਂ ਨਰਿੰਦਰ ਹੁਣਾ ਨੇ ਦੱਸਿਆ ਕਿ ਉਹਨਾਂ ਤੱਕ ਪਹੁੰਚ ਕਰਦੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਜਦੋਂ ਹੁਣ ਵਕਫਾ ਘਰਾਂ ਦੇ ਵਿੱਚ ਜਾ ਕੇ ਚੱਲਦੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਿੱਖ ਅਖਰਕਾਰ ਇਹ ਜਿਹੜੀ ਕਮਿਊਨਿਟੀ ਹੈ ਇਹ ਜਿਹੜੀ ਸਿੱਖ ਭਾਈਚਾਰਾ ਹੈ ਇਹ ਹੈ ਕਿ ਕਿਉਂਕਿ ਬਹੁਤ ਸਾਰੀਆਂ ਨਸਲੀ ਟਿੱਪਣੀਆਂ ਵੀ ਅਮਰੀਕਾ ਦੀ ਧਰਤੀ ਤੇ ਹੁੰਦੀਆਂ ਰਹੀਆਂ ਜਦੋਂ 911 ਵਾਲਾ ਅਟੈਕ ਹੋਇਆ ਉਸ ਤੋਂ ਬਾਅਦ ਖਾਸ ਕਰਕੇ ਬਹੁਤ ਵੱਡੇ ਪੱਦਰ ਤੇ ਦਸਤਾਰਾਂ ਵਾਲੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਸੀ ਤੇ ਉਸ ਦੇ ਵਿੱਚ ਵੱਡਾ ਇੱਕ ਹਿੱਸਾ ਸਿੱਖ ਪਾਈਚੇਰਾ ਪਾਈਚਾਰੇ ਦਾ ਵੀ ਸੀਗਾ ਤੇ ਉਮੀਦ ਕਰਦੇ ਹਾਂ ਕਿ ਹੁਣ ਉਹ ਜਿਹੜਾ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਸੀਗਾ ਉਹ ਦੂਰ ਜਲਦੀ ਹੋ ਜਾਵੇਗਾ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਸਿੱਖ ਕਮਿਊਨਿਟੀ ਹੈ ਕਿ ਤੇ ਕਿਸ ਤਰੀਕੇ ਨਾਲ ਸੇਵਾ ਤੇ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਦੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਸੰਸਥਾਵਾਂ ਆਪਣੇ ਲੋਕ ਕੋਸ਼ਿਸ਼ ਕਰ ਰਹੀ ਨੇ ਗੁਰੂ ਘਰਾਂ ਦੇ ਵਿੱਚ ਜਿਹੜੇ ਵੀ ਲੋਕ ਸੇਵਾ ਕਰ ਰਹੇ ਨੇ ਸਾਰੇ ਸਿਰਜਾ ਬ੍ਰਾਂਡ ਤੇ ਅਸੀਂ ਹਰ ਵੀਡੀਓ ਦੇ ਅਖੀਰ ਦੇ ਵਿੱਚ ਇਹ ਅਪੀਲ ਕਰਦੇ ਆਂ ਕਿ ਘਰਾਂ ਦੇ ਵਿੱਚ ਲੋਕ ਸੁਰੱਖਿਅਤ ਰੋ ਇਸ ਵੇਲੇ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਇਹੀ ਹੈ ਕਿ ਅਸੀਂ ਸਰਕਾਰੀ ਹਦਾਇਤਾਂ ਦਾ ਪਾਲਣ ਕਰੀਏ ਤੇ ਇਸ ਬਿਮਾਰੀ ਤੋਂ ਜਿੰਨਾ ਹੋਵੇ ਬਚੀਏ ਤੇ ਨਾਲ ਦੀ ਨਾਲ ਆਪਣੇ ਪਰਿਵਾਰਾਂ ਨੂੰ ਵੀ ਬਚਾ ਕੇ ਰੱਖੀਏ ਜੇਸੀਂ ਆਪਣਾ ਖਿਆਲ ਰੱਖਾਂਗੇ ਤਾਂ ਤਾਂ ਹੀ ਸਾਡਾ ਸਮਾਜ ਜਿਹੜਾ ਆ ਉਹ ਵੀ ਸੁਰੱਖਿਅਤ ਰਹੇਗਾ ਬਹੁਤ ਬਹੁਤ ਧੰਨਵਾਦ